ਜਦੋਂ ਇਹ ਬੀਤਦਾ ਸਰਕਾਰ ਜਾਣ ਬੁੱਝ ਗਈ ਇਹਨਾਂ ਨੂੰ ਚਾਹੀਦੀ ਹੈ ਵੀ ਅਸੀਂ ਇਹਨਾਂ ਨੂੰ ਅਨਪ੍ਰਣ ਗਿਨਾਂ ਦੇ ਸਾਹਮਣੇ ਛੁਕਾਰ ਦਿੱਗੇ ਤਾਂ ਇਹਨਾਂ ਦਾ ਜਿਹੜਾ ਵਾ ਇੱਕ ਤਾਂ ਆਕਮ ਜਿਹੜਾ ਬੰਦੇ ਦਾ ਹੁੰਦਾ ਹੈ ਮਾਨ ਦੇ ਅੰਦਰ ਨਹੀਂ ਹੈ ਬੰਦੇ ਦਾ ਬੋਤਤ ਸਨਮਾਨ ਜਿਹੜਾ ਉਹ ਨੀਵਾ ਕਰਨ ਦੀ ਕੋਸ਼ਿਸ਼ ਹੈ ਤੇ ਦੇਖੋ ਅਜੇ ਤੱਕ ਤਾਂ ਮੋਰਨੀ ਸਰਕਾਰ ਹਾਰ ਰਹੀ ਹੈ ਕਿਉਂਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਇੱਕ ਨੈਤਿਕ ਵਾਜਬੀਅਤ ਹੈ ਕਿ ਜੇ ਇਸ ਗੱਲ ਦੇ ਲਈ ਅਸੀਂ ਲੜ ਰਹੇ ਹਾਂ ਉਹ ਸਹੀ ਹੈ ਇਹ ਸਾਡਾ ਲੜਨ ਦਾ ਤਰੀਕਾ ਜਿਹੜਾ ਹੈ ਉਹ ਜਾਇਜ਼ ਆ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰ ਰਹੇ ਓਨੀ ਦੇਰ ਤੱਕ ਬੇਸ਼ੱਕ ਸਰਕਾਰ ਤੁਹਾਨੂੰ ਜ਼ਬਰਦਸਤ ਨਾਲ ਦਬਾਅ ਵੀ ਲਵੇ ਨੈਤਿਕ ਤੌਰ ਦੇ ਉੱਪਰ ਤੁਸੀਂ ਜਿੱਤ ਕੇ ਆਣੇ ਆ ਵੱਡੀਆਂ-ਵੱਡੀਆਂ ਤਾਕਤਾਂ ਆਪਾਂ ਦੇਖੀਆਂ ਕਿ ਜਿਹੜੀਆਂ ਆਪਣੇ ਵੱਲ ਦੇ ਨਾਲ ਸਹੀ ਹੱਕ ਦੀ ਗੱਲ ਕਰਨ ਵਾਲਿਆਂ ਨੂੰ ਦਬਾ ਲੈਂਦੀਆਂ ਪਰ ਅਸਲ ਦੇ ਵਿੱਚੋਂ ਨੈਤਿਕ ਤੌਰ ਦੇ ਉੱਪਰ ਹਾਰ ਜਾਂਦੀਆਂ ਸਪੀਤੇ ਤਿੰਨ ਦਿਨ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਵਾਪਰਿਆ ਜਿੰਨੀ ਇਨਡਿਸਕ੍ਰਿਮੀਨੇਟ ਫਾਇਰਿੰਗ ਹੋਈ ਜਿਨਨੇ ਵੱਡੀ ਪੱਤਰ ਦੇ ਉੱਪਰ ਸਾਧਨ ਝੁਕੇ ਗਏ ਆ ਸਰਕਾਰ ਦੇ ਵੱਲੋਂ ਨੈਤਿਕ ਤੌਰ ਦੇ ਉੱਪਰ ਆਪਾਂ ਕਹਿ ਸਕਦੇ ਆ ਕਿ ਕੇਂਦਰ ਸਰਕਾਰ ਦੀ ਹਾਰ ਹੋਈ ਆ ਔਰ ਇਸੇ ਦੇ ਵਿੱਚੋਂ ਹੀ ਆ ਕਿ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਗੱਲਬਾਤ ਦਾ ਰਾਹ ਜਿਹੜਾ ਆ ਉਹ ਖੋਲਿਆ ਗਿਆ ਸੋ ਸੁੰਬੇ ਵਾਲੀਆਂ ਡੰਗਾਂ ਜਿਹੜੀਆਂ ਨੇ ਉਹ ਸਾਰੇ ਹੀ ਸਿੰਘਾਂ ਨੇ ਪੜੀਆਂ ਉਹਨਾਂ ਦਾ ਇੱਕ ਵੱਖਰਾ ਮਾਹੌਲ ਜਿਵੇਂ ਕਿਸਾਨ ਆਪੋ ਆਪਣਾ ਝੰਡਾ ਲੈ ਕੇ ਚੱਲ ਰਹੇ ਨੇ ਤਾਂ ਇਸੇ ਤਰੀਕੇ ਨਾਲ ਕੁਝ ਸਿੰਘ ਇਹ ਉਹ ਵੀ ਖੜੇ ਨੇ ਨਰੇ ਰਾ ਸੋ ਦਲਸਤ ਤੁਸੀਂ ਬਿਲਕੁਲ ਬਾਰਡਰ ਦੇ ਉੱਪਰ ਖੜੇ ਹੋ ਵਹਾਲ ਦਿਨੀ ਦੇ ਵਿੱਚ ਦੇਨੀ ਜਾਂ ਸ਼ੰਮੋ ਦਾ ਕਿੰਨਾ 간ਤਰ ਲੱਗ ਰਿਹਾ ਹੈ ਉਦੋਂ ਕਿਹੋ ਜੀ ਤਿਆਰੀ ਸੀ ਸਰਕਾਰ ਦੀ ਉਹਨੂੰ ਕੀ ਕੁਦਰ ਤਿਆਰੀ ਹੈ ਦੇਖੋ ਜਦੋਂ ਕੋਈ ਵੀ ਟਕਰਾਹ ਹੁੰਦਾ ਹੈ ਜਾਂ ਕੋਈ ਸੰਘਰਸ਼ ਹੁੰਦਾ ਹੈ ਤੇ ਉਹਦੇ ਵਿੱਚੋਂ ਦੋ ਧਿਰਾਂ ਜਿਹੜੀਆਂ ਮੁਖਾਲਫ ਹੁੰਦੀਆਂ ਦੋਵੇਂ ਹੀ ਉਹਦੇ ਵਿੱਚੋਂ ਕੋਈ ਨਾ ਕੋਈ ਸਬਕ ਜਿਹੜੇ ਆ ਉਹ ਜ਼ਰੂਰ ਕੱਢਦੀ ਹੈ ਜੀ ਤੇ ਇਸ ਵਾਰ ਵੀ ਜਦੋਂ ਦਿਲ ਨਹੀਂ ਚੱਲੋ ਦਾ ਐਲਾਨ ਆਇਆ ਸੀਗਾ ਜਿੰਨੇ ਇੱਕ ਜੀਆਂ ਦੇ ਨਾਲ ਸਾਡੀ ਗੱਲ ਹੋਈ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਪਿਛਲੀ ਵਾਰ ਵਾਂਦੂ ਨਾ ਇਹਨੂੰ ਮੰਨ ਕੇ ਚੱਲਿਓ ਜੀ ਪੀ ਸਟੇਟ ਦੇ ਕੋਲ ਸਾਧਨ ਜ਼ਿਆਦਾ ਹੁੰਦੇ ਇਸ ਕਰਕੇ ਉਹ ਕਿਸੇ ਵੀ ਘਟਨਾ ਕ੍ਰਮ ਦੇ ਵਿੱਚੋਂ ਲੋਕਾਂ ਦੇ ਨਾਲੋਂ ਬਿਹਤਰ ਸਿੱਖ ਲੈਂਦੀ ਹੈ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਦਾ ਜਜ਼ਬਾ ਤਿੰਨ ਦਿਨ ਇੱਥੇ ਆਪਣੇ ਬੰਦਿਆਂ ਨੇ ਦਿਖਾਇਆ ਇਹ ਗੱਲ ਕਹੀ ਜਾ ਸਕਦੀ ਕਿ ਬੇਸ਼ੱਕ ਉੱਥੇ ਕੋਈ ਆਰਗੇਨਾਈਜੇਸ਼ਨ ਉਸ ਤਰ੍ਹਾਂ ਦੀ ਨਹੀਂ ਜਾਂ ਟ੍ਰੇਨਿੰਗ ਉਸ ਤਰ੍ਹਾਂ ਦੀ ਨਹੀਂ ਹੈਗੀ ਪਰ ਲੋਕ ਇੱਕ ਜਿਹੜੀ ਲੋਕ ਧਾਰਾ ਜਾਂ ਲੋਕਾਂ ਦਾ ਆਪ ਦੇ ਸਿੱਖਣ ਦਾ ਇੱਕ ਜਜ਼ਬਾ ਆ ਜਿਸ ਤਰੀਕੇ ਦੀਆਂ ਘਟਨਾਗ੍ਰਾਮ ਇੱਥੇ ਵਾਪਰੀਆਂ ਇੱਕ ਵੱਡਾ ਫਰਕ ਤਾਂ ਇਸ ਵਾਰ ਇਹ ਆ ਕਿ ਇਸ ਵਾਰ ਸਾਹਮਣੇ ਪੁਲਿਸ ਨਹੀਂ ਹੈਗੀ ਪੈਰਾ ਮਿਲਟਰੀ ਹੈ ਜੀ ਸੋ ਦੂਜਾ ਜਿਸ ਤਰੀਕੇ ਦੇ ਰੋਕਣ ਦੇ ਸਾਧਨ ਵਰਤੇ ਗਏ ਉਹਨਾਂ ਤੋਂ ਵੀ ਪਤਾ ਲੱਗ ਜਾਂਦਾ ਕਿ ਕੱਲੀ ਅਥਰੂ ਗੈਸ ਨਹੀਂ ਸੀਗੀ ਜਿਸ ਤਰੀਕੇ ਦੇ ਨਾਲ ਤਮਾਕੇ ਹੁੰਦੇ ਆਪਾਂ ਸਾਰਿਆਂ ਨੇ ਦੇਖਿਆ ਫਿਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਰੋਕਣ ਦੇ ਲਈ ਪ੍ਰਬੰਧ ਕੀਤੇ ਗਏ ਸੀਗੇ ਉਹਦੇ باوجود ਆ ਜਿਹੜੇ ਬੈਰੀਕੇਟ ਇੱਥੇ ਖਿੱਚ ਕੇ ਲਿਆਂਦੇ ਹੋਏ ਆ ਇਹ ਮਤਲਬ ਬਿਨਾਂ ਜਜ਼ਬੇ ਤੋਂ ਉੱਥੋਂ ਧੂਕੇ ਇੱਥੇ ਤੱਕ ਬਿਨਾਂ ਜਜ਼ਬੇ ਤੋਂ ਧੂਕੇ ਇੱਥੇ ਤੱਕ ਨਹੀਂ ਸੀ ਲਿਆਂਦੇ ਜਾ ਸਕਦੇ ਸੋ ਆਪਾਂ ਇਹ ਗਈਏ ਕਿ ਪਹਿਲਾਂ ਜਿਹੜਾ ਤਿੰਨ ਕਾਨੂੰਨਾਂ ਦੇ ਖਿਲਾਫ ਸੀਗਾ ਉਹ ਕਿਸਾਨੀ ਆਪਣੇ ਆਪ ਨੂੰ ਬਿਲਕੁਲ ਅੰਨੇ ਖੂਨ ਦੇ ਵਿੱਚੋਂ ਡਿੱਗਣ ਤੋਂ ਬਚਾਉਣ ਦੇ ਵਾਸਤੇ ਹੀ ਗਈ ਸੋ ਉਹ ਉਹ ਦੋ ਦੋ ਮੋਰਚੇ ਦੇ ਵਿੱਚ ਵੀ ਆਗੂਆਂ ਦੇ ਨਾਲ ਵੀ ਆਮ ਵੀ ਜਦੋਂ ਗੱਲ ਹੁੰਦੀ ਸੀਗੀ ਤਾਂ ਉਹੀ ਸੀ ਵੀ ਇਹ ਤਿੰਨ ਕਾਨੂੰਨ ਵਾਪਸ ਹੋ ਜਾਣ ਦੇ ਨਾਲ ਹੱਲ ਨਹੀਂ ਹੋ ਜਾਣਾ ਆਪਾਂ ਪਹਿਲਾਂ ਵਾਲੀ ਹਾਲਤ ਦੇ ਵਿੱਚ ਚਲੇ ਜਾਣਾ ਆ ਉਹ ਜ਼ਾਹਰ ਜੀ ਗੱਲ ਆ ਕਿ ਉਸ ਤੋਂ ਅੱਗੇ ਜਿਸ ਤਰ੍ਹਾਂ ਦਾ ਇੱਥੇ ਸਿਸਟਮ ਬਣ ਗਿਆ ਅਗਲਾ ਰਾਹ ਵੀ ਜਿਹੜਾ ਉਹ ਸਟਰਗਲ ਦੇ ਵਿੱਚੋਂ ਹੈ ਇਹ ਸੰਘਰਸ਼ ਦਾ ਇੱਕ ਕਦਮ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਨੇ ਪੱਟਿਆ ਆ ਤੇ ਮੇਰੇ ਮੁਤਾਬਕ ਜਿਸ ਤਰ੍ਹਾਂ ਦਾ ਜਜ਼ਬਾ ਦਿਖਾਇਆ ਜਿਸ ਤਰੀਕੇ ਦੇ ਨਾਲ ਬੰਦੇ ਲੜੇ ਆ ਕਿ ਉਹ ਨੂੰ ਸਜਦਾ ਕਰਨਾ ਬਣਦਾ ਔਰ ਇਹ ਆਪਾਂ ਨੂੰ ਉਮੀਦ ਕਰਨੀ ਚਾਹੀਦੀ ਆ ਕਿ ਇਹ ਜਿਹੜਾ ਇੱਕ ਕਦਮ ਗਾਂ ਪਟਿਆ ਆ ਇਹ ਆਪਣੀ ਮੰਜ਼ਲ ਵੱਲ ਨੂੰ ਜਾਂ ਕਿਸਾਨੀ ਦੇ ਜਿਹੜੇ ਹੱਕ ਆ ਉਹਨਾਂ ਦੀ ਜਾਮਨੀ ਵੱਲ ਨੂੰ ਅੱਗੇ ਵਧੂਗਾ ਅੱਛਾ ਲੋਕਾਂ ਦੀ ਇੱਕ ਇੰਟਰਨੈਟ ਕੋਈ ਵਾਕਪਸ ਸਿੱਖਿਆ ਜਿਵੇਂ ਡਰੋਨ ਆਏ ਤਾਂ ਡਰੋਨ ਦਾ ਹੱਦ ਉਹਨੇ ਪਤੰਗ ਜਿਹੜੀ ਆ ਉਹਦੇ ਨਾਲ ਕਰ ਲਿਆ ਜਿੰਨਾ ਪਤਾ ਜਾਂਦਾ ਹੈ ਕਿ ਇਹ ਬਿਲਕੁਲ ਅਨਪੜ੍ਹੇ ਕਿਸਾਨ ਬੇਫੂਫ ਮੇਨਾਂ ਕੋਈ ਵੀ ਜਾਣਕਾਰੀ ਨਹੀਂ ਹੈਗੀ ਉਹ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਦਾ ਮੁਕਾਬਲਾ ਕਰਦੇ ਤੇ ਸਿਰੰਗੇ ਲੱਗਦੇ ਇਹ ਵੀ ਸਰਕਾਰ ਜਾਣੂ ਚ ਗਈ ਇਹਨਾਂ ਨੂੰ ਚਾਹਣੀ ਹੈ ਵੀ ਅ ਅਸੀਂ ਇਹਨਾਂ ਨੂੰ ਅਨਪੜ੍ਹਿਆਂ ਦੇ ਸਾਹਮਣੇ ਛੁਗਾਰ ਦਿੱਤੇ ਤਾਂ ਇਹਨਾਂ ਦਾ ਜਿਹੜਾ ਵਾ ਇੱਕ ਤਾਂ ਆਤਮਾ ਦਾ ਜਿਹੜਾ ਬੰਦੇ ਦਾ ਹੁੰਦਾ ਹੈ ਮਨ ਦੇ ਅੰਦਰ ਨਹੀਂ ਆ ਬਹੁਤ ਆ ਬਸਮਾਨ ਜਿਹੜਾ ਉਹ ਨਿਵਾ ਕਰਨ ਦੀ ਕੋਸ਼ਿਸ਼ ਨਹੀਂ ਦੇਖੋ ਅਜੇ ਤੱਕ ਤਾਂ ਮੋਰਲੀ ਸਰਕਾਰ ਹਾਰੀ ਹੈ ਕੁੱਕੇ ਜਿੰਨੀ ਦੇਰ ਤੱਕ ਤੁਹਾਡੇ ਕੋਲ ਇੱਕ ਨੈਤਿਕ ਵਾਜਬੀਅਤ ਹੈ ਕਿ ਜੇ ਇਸ ਗੱਲ ਦੇ ਲਈ ਅਸੀਂ ਲੜ ਰਹੇ ਹਾਂ ਉਹ ਸਹੀ ਹੈ ਤੇ ਸਾਡਾ ਲੜਨ ਦਾ ਤਰੀਕਾ ਜਿਹੜਾ ਉਹ ਜਾਇਜ਼ ਆ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰ ਰਹੇ ਓਨੀ ਦੇਰ ਤੱਕ ਬੇਸ਼ੱਕ ਸਰਕਾਰ ਤੁਹਾਨੂੰ ਜ਼ਬਰ ਦੇ ਨਾਲ ਦਬਾਅ ਵੀ ਲਵੇ ਨੈਤਿਕ ਤੌਰ ਦੇ ਉੱਪਰ ਤੁਸੀਂ ਜਿੱਤ ਕੇ ਆੰਦੇ ਆ ਵੱਡੀਆਂ ਵੱਡੀਆਂ ਤਾਕਤਾਂ ਆਪਾਂ ਦੇਖੀਆਂ ਕਿ ਜਿਹੜੀਆਂ ਆਪਣੇ ਬਲ ਦੇ ਨਾਲ ਸਹੀ ਹੱਕ ਦੀ ਗੱਲ ਕਰਨ ਵਾਲਿਆਂ ਨੂੰ ਦਬਾ ਲੈਂਦੀਆਂ ਪਰ ਅਸਲ ਦੇ ਵਿੱਚ ਉਹ ਨੈਤਿਕ ਤੌਰ ਦੇ ਉੱਪਰ ਹਾਰ ਜਾਂਦੀਆਂ ਸਪੀਡ ਤੇ ਤਿੰਨ ਦਿਨ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਵਾਪਰਿਆ ਜਿੰਨੀ ਡਿਸਕ੍ਰਿਮੀਨੇਟ ਫਾਇਰਿੰਗ ਹੋਈ ਜਿੰਨੇ ਵੱਡੇ ਪੱਤਰ ਦੇ ਉੱਪਰ ਸਾਧਨ ਝੋਕੇ ਗਏ ਆ ਸਰਕਾਰ ਦੇ ਵੱਲੋਂ ਨੈਤਿਕ ਤੌਰ ਦੇ ਉੱਪਰ ਆਪਾਂ ਕਹਿ ਸਕਦੇ ਆ ਕਿ ਕੇਂਦਰ ਸਰਕਾਰ ਦੀ ਹਾਰ ਹੋਈ ਆ ਔਰ ਇਸੇ ਦੇ ਵਿੱਚੋਂ ਹੀ ਆ ਕਿ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਗੱਲਬਾਤ ਦਾ ਰਾਹ ਜਿਹੜਾ ਆ ਉਹ ਖੋਲਿਆ ਗਿਆ ਸੋ ਕਿਸੇ ਵੀ ਸੰਘਰਸ਼ ਦੇ ਵਿੱਚ ਵਾਕ ਵਾਕ ਪੜਾ ਹੁੰਦੇ ਆ ਇਨੀਸ਼ੀਅਲ ਪੜਾ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜਿਹੜੇ ਸਾਡੇ ਨੌਜਵਾਨ ਨੇ ਪੰਜਾਬ ਦੇ ਕਿਸਾਨ ਨੇ ਉਨ੍ਹਾਂ ਦੇ ਵੱਲੋਂ ਕਾਮਯਾਬੀ ਦੇ ਨਾਲ ਪੈਰ ਜਿਹੜੇ ਆਉ ਉਹ ਇੱਥੇ ਜਮਾਈ ਗਏ ਆ ਹੁਣ ਅੱਗੇ ਕਿਸ ਤਰੀਕੇ ਦੇ ਨਾਲ ਹੋਵੇਗਾ ਇਹ ਲੋਕਾਂ ਦੇ ਪ੍ਰੈਸ਼ਰ ਤੇ ਲੀਡਰਸ਼ਿਪ ਦੀ ਸਿਆਨਪ ਦੇ ਉੱਪਰ ਨਿਰਭਰ ਕਰਊਗਾ ਇੱਕ ਗੱਲ ਇਹ ਵੀ ਹੈਗੀ ਹੈ ਕਿ ਜਿਹੜਾ ਇਹ ਪ੍ਰਭਾਵ ਜਾ ਰਿਹਾ ਆ ਕਿ ਇਸ ਵਾਰ ਸਾਰੇ ਇਕੱਠੇ ਨਹੀਂ ਹੈਗੇ ਉਹ ਆਪਾਂ ਦੇਖ ਲਈਏ ਕਿ ਲੀਡਰਸ਼ਿਪ ਦੇ ਲੈਵਲ ਤੇ ਇਹ ਗੱਲ ਜ਼ਰੂਰ ਹੋਵੇ ਪਰ ਲੋਕਾਂ ਦੇ ਲੈਵਲ ਦੇ ਉੱਪਰ ਇਹ ਗੱਲ ਨਹੀਂ ਹੈ ਜਿੰਨੇ ਵੱਡੇ ਉਤਸ਼ਾਹ ਦੇ ਨਾਲ ਬੰਦੇ ਦਿੱਲੀ ਸੀਗੇ ਉਸੇ ਉਤਸ਼ਾਹ ਦੇ ਨਾਲ ਉਸੇ ਗਿਣਤੀ ਦੇ ਵਿੱਚ ਅਸੀਂ ਤਕਰੀਬਨ ਦੇਖਦੇ ਹੁੰਦੇ ਸੀਗੇ ਤੇ ਲਗਭਗ ਇੱਥੋਂ ਤੱਕ 3-4 ਕਿਲੋਮੀਟਰ ਜਿਹੜਾ ਆ ਉਹ ਲੰਬਾ ਕਾਫਲਾ ਬਣ ਜਾਂਦਾ ਤੇ ਆ ਬਿਲਕੁਲ ਲੱਗੇ ਆ ਕੇ ਇੰਨਾ ਜ਼ਿਆਦਾ ਇੰਟੈਂਸ ਆ ਮਤਲਬ ਵੱਡੀ ਗਿਣਤੀ ਦੇ ਵਿੱਚ ਜਿਹੜੀ ਸ਼ਮੂਲੀਅਤ ਹੈ ਉਹ ਹੈਗੀ ਬਿਲਕੁਲ ਲੰਗੜਾ ਵੀ ਉਹਦੇ ਵਿੱਚੋਂ ਦੇ ਵੱਲੋਂ ਮੁਸ਼ਕਲ ਹੁੰਦਾ ਆ ਸੋ ਇਹ ਇਹ ਜਿਹੜੀਆਂ ਗੱਲਾਂ ਇਹ ਮਾਇਨੇ ਰੱਖਦੀਆਂ ਇਹ ਕਿੰਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪਿਛਲੇ ਸੰਘਰਸ਼ ਦੇ ਦੌਰਾਨ ਵੀ ਵਕਰੀਆਂ-ਵਕਰੀਆਂ ਧਰਾਮਾਂ ਵਾਲੀ ਲੀਡਰਸ਼ਿਪ ਦਾ ਜੇ ਸਾਂਝਾ ਪ੍ਰਭਾਵ ਬਣਿਆ ਰਿਹਾ ਤੇ ਉਹ ਲੋਕਾਂ ਦੇ ਪ੍ਰੈਸ਼ਰ ਕਰਕੇ ਬਣਿਆ ਹੋਇਆ ਸੀਗਾ ਸੋ ਇਸ ਵੇਲੇ ਵੀ ਜੇਕਰ ਲੋਕ ਇਸ ਸੰਘਰਸ਼ ਦਾ ਸਾਥ ਦੇਂਦੇ ਆ ਤੇ ਜਿਹੜੀ ਕੋਈ ਲੀਡਰਸ਼ਿਪ ਅਜੇ ਨਹੀਂ ਵੀ ਸ਼ਾਮਲ ਹੋਈ ਉਹਨਾਂ ਦੇ ਵੀ ਸ਼ਾਮਲ ਹੋਣ ਦੇ ਰਾਹ ਜਿਹੜੇ ਆ ਅਸੀਂ ਤਾਂ ਇਹੀ ਕਹਿ ਸਕਦੇ ਕਿ ਜਿਹੜੀ ਮੌਜੂਦਾ ਸੰਘਰਸ਼ ਦੀ ਅਗਵਾਈ ਕਰਨ ਵਾਲੇ ਹਿੱਸੇ ਹੈਗੇ ਆ ਇਹਨਾਂ ਨੂੰ ਕਲਾਵਾ ਖੁੱਲਾ ਰੱਖ ਕੇ ਚੱਲਣਾ ਚਾਹੀਦਾ ਤੇ ਜਿਸ ਤਰੀਕੇ ਦੇ ਨਾਲ ਵੀ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਕਿਸਾਨੀ ਮਜਲੂਮ ਕਿਰਤੀ ਲੋਕ ਤੇ ਪੰਜਾਬ ਇਹ ਇੱਕ ਧਿਰ ਹੈ ਤੇ ਦੂਸਰੇ ਪਾਸੇ ਦਿੱਲੀ ਦਰਬਾਰ ਜਿਹੜਾ ਸੱਤਾ ਦਾ ਕੇਂਦਰੀਕਰਨ ਕਰ ਰਿਹਾ ਹੈ ਅੱਗੋਂ ਮੋਦੀ ਅਮਿਤ ਸ਼ਾਹ ਤੇ ਅਜੀਤ ਦਵਾਲ ਵਰਗੇ ਜਿਹੜੇ ਉਸ ਕੇਂਦਰੀਕਰਨ ਦਾ ਵੀ ਅੱਗੇ ਨਿੱਜੀਕਰਨ ਕਰ ਰਹੇ ਆ ਸੱਤਾ ਦਾ ਉਹ ਇੱਕ ਧਿਰ ਨੇ ਸੋ ਆਪਸ ਦੇ ਵਿੱਚ ਇਤفاق ਬਣਾ ਕੇ ਰੱਖਣਾ ਜ਼ਰੂਰੀ ਹੈ ਕੋਈ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਇਸ ਤਾਕਤ ਨੂੰ ਵੰਡਦੀ ਹੋਵੇ ਉਹ ਨਹੀਂ ਕੀਤੀ ਜਾਣੀ ਚਾਹੀਦੀ ਇੱਕ ਸਦਾ ਹੀ ਇਹ ਹੁੰਦਾ ਕਿ ਜਿਹੜੀ ਚੰਗੀ ਗੱਲ ਹੈ ਜਿਹੜੀ ਉਤਸ਼ਾਹ ਦੇਣ ਵਾਲੀ ਗੱਲ ਹੈ ਉਹ ਸਾਰਿਆਂ ਦੇ ਸਾਹਮਣੇ ਕੀਤੀ ਜਾਵੇ ਜਿਹੜੀ ਕੋਈ ਕਮੀ ਪੇਸ਼ੀ ਵਾਲੀ ਗੱਲ ਹੈ ਜਿਹੜੀ ਕਿਸੇ ਦੇ ਨੁਕਸ ਕੱਢਣ ਵਾਲੀ ਗੱਲ ਹੈ ਉਹ ਹਮੇਸ਼ਾ ਇਹ ਫਰਜ ਬਣਦਾ ਕਿ ਉਹ ਨਿੱਜੀ ਤੌਰ ਦੇ ਉੱਤੇ ਕੀਤੀ ਜਾਵੇ ਪਰ ਅਸੀਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਪਿਛਲੇ ਸੰਘਰਸ਼ ਦੇ ਦੌਰਾਨ ਇੱਕ ਬੜੀ ਵੱਡੀ ਧਾਰਾ ਚੱਲੀ ਕਿ ਜਿਨ੍ਹਾਂ ਨੇ ਗੱਲਾਂ ਬਣਾ ਕੇ ਪੰਜਾਬ ਦੀ ਲੜਾਈ ਜਿਹੜੀ ਦਿੱਲੀ ਦੇ ਨਾਲ ਸੀਗੀ ਉਹ ਵੱਖ-ਵੱਖ ਵਿਚਾਰਧਾਰਾਵਾ ਦੇ ਨਾਮਾਂ ਤੇ ਏਟ ਚਾਏ ਹੋ ਸਿੱਖ ਵਰਸਸ ਕਾਮਰੇਡ ਹੋਈ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਦੇ ਵਰਤਾਰੇ ਚੱਲੇ ਹੋ ਉਹ ਆਪਸ ਦੇ ਵਿੱਚ ਵੰਡਦੇ ਸੀਗੇ ਉਲਝੇ ਆਪਸ ਦੇ ਵਿੱਚ ਕਿਤੇ ਜਿਹੜੀ ਤਾਕਤ ਸੀਗੀ ਉਹ ਇਕਜੁੱਟ ਹੋ ਕੇ ਸੈਂਟਰ ਦੇ ਵੱਲ ਝੁਕਣੀ ਸੀਗੀ ਉਹ ਵੀ ਤਾਕਤ ਆਪਸ ਦੇ ਵਿੱਚ ਲੜਨ ਲੱਗੀ ਇਹ ਇਹ ਸਬਕ ਹਰ ਹਾਲਤ ਪੰਜਾਬ ਨੂੰ ਸਿੱਖਣਾ ਚਾਹੀਦਾ ਹੈ ਕਿ ਇਸ ਵਾਰ ਇਸ ਤਰ੍ਹਾਂ ਦੇ ਵਿਰਤਾਂਤਾਂ ਤੋਂ ਬਚਣਾ ਚਾਹੀਦਾ ਆ ਤੇ ਲੀਡਰਸ਼ਿਪ ਨੂੰ ਵੀ ਇਹ ਚਾਹੀਦਾ ਕਿ ਜੇਕਰ ਕਿਸੇ ਵੀ ਆਗੂ ਦੇ ਵੱਲੋਂ ਜਾਂ ਕਿਸੇ ਵੀ ਹਿੱਸੇ ਦੇ ਵੱਲੋਂ ਕੋਈ ਇਦਾਂ ਦੀ ਗੱਲ ਕੀਤੀ ਜਾਂਦੀ ਹੈ ਜਿਹਦਾ ਕਿ ਲੋਕਾਂ ਦੇ ਵਿੱਚ ਜਾਂ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਭਾਈਚਾਰੇ ਦੇ ਵਿੱਚ ਪ੍ਰਭਾਵ ਗਲਤ ਜਾਂਦਾ ਹੋਵੇ ਉਹ ਲੀਡਰਸ਼ਿਪ ਨੂੰ ਚਾਹੀਦਾ ਕਿ ਉਹ ਉਸ ਸੰਬੰਧ ਦੇ ਵਿੱਚ ਲੋਕਾਂ ਨੂੰ ਸੈਟੀਸਫਾਈ ਕਰਾਉਣ ਕਿਤੇ ਇਸ ਤਰ੍ਹਾਂ ਦੇ ਸਾਰਿਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਹੋਵੇ ਸਾਂਝਾ ਸੰਘਰਸ਼ ਆ ਖਾਸ ਕਰਕੇ ਕਿਸਾਨੀ ਦੇ ਲੀਡਰਸ਼ਿਪ ਜਿਹੜੀ ਆ ਉਹਨਾਂ ਦੇ ਸਿਰ ਦੇ ਉੱਪਰ ਇਹ ਜ਼ਿੰਮੇਵਾਰੀ ਆ ਇਹ ਆਪਾਂ ਇਹ ਨਾ ਮੰਨੀਏ ਕਿ ਇਹ ਇਸ ਸੰਘਰਸ਼ ਦੀ ਕਾਮਯਾਬੀ ਦਾ ਅਸਰ ਜਿਹੜਾ ਆ ਉਹ ਕੱਲਾ ਪੰਜਾਬ ਜਾਂ ਕਿਸਾਨੀ ਤੱਕ ਸੀਮਿਤ ਰਹਿਣਾ ਹੈ ਇਹਦੇ ਪਿਛਲਾ ਵੀ ਜਿਹੜਾ ਸੰਘਰਸ਼ ਹੋਇਆ ਉਹਦੀ ਕਾਮਯਾਬੀ ਦਾ ਅਸਰ ਇੰਡੀਆ ਲੈਵਲ ਹੀ ਨਹੀਂ ਬਲਕਿ ਪੂਰੇ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਪੈ ਰਿਹਾ ਹੈ ਇਸ ਸਮੇਂ ਕੋ ਮਾਨਤਰੀ ਹਾਲਾਤ ਇਸ ਸਾਰੇ ਖਿੱਤੇ ਦੇ ਤਵਾਜਨ ਜਿਹੜੀਆਂ ਵਕਤ ਤਾਕਤਾਂ ਦੇ ਆ ਉਹ ਬਦਲ ਰਹੇ ਆ ਸੋ ਉਹਦੇ ਵਿੱਚ ਕੋਈ ਵੀ ਜਿਹੜਾ ਲੋਕ ਸੰਘਰਸ਼ ਆ ਉਹਦਾ ਕਾਮਯਾਬ ਹੋਣਾ ਬਹੁਤ ਵੱਡੇ ਮਾਇਨੇ ਰੱਖਦਾ ਤੇ ਹਮੇਸ਼ਾ ਕਾਮਯਾਬੀ ਜਿਹੜੀ ਉਹ ਏਕਤਾ ਤੇ ਇਤਫਾਕ ਦੇ ਨਾਲ ਚੱਲਦੀ ਆ ਹੋਇਆ ਪਰਖਾਂ ਦੇ ਵਿੱਚੋਂ ਲੰਘ ਕੇ ਮਿਲਦੀ ਆ ਬਿਨਾ ਪਰਖ ਤੋਂ ਮਿਲੀ ਕਾਮਯਾਬੀ ਦੇ ਉਹ ਵੱਲੋਂ ਹੱਕਦਾਰ ਨੂੰ ਮਿਲੀ ਕਾਮਯਾਬੀ ਨਹੀਂ ਹੁੰਦੀ ਹੱਕਦਾਰ ਨੂੰ ਮਿਲੀ ਕਾਮਯਾਬੀ ਹੋਈ ਆ ਜਿਹੜੀ ਪਰਖ ਦੇ ਵਿੱਚੋਂ ਲੰਘ ਕੇ ਮਿਲੂਗੀ ਪਹਿਲੀ ਪਰਖ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਆਪਣੇ ਬੰਦੇ ਜਿਹੜੇ ਆ ਉਹ ਬਿਲਕੁਲ ਪੰਜਾਬ ਦੇ ਨੌਜਵਾਨ ਕਿਸਾਨ ਬਜ਼ੁਰਗ ਮਾਈਆਂ ਬੀਬੀਆਂ ਉਹ ਪਹਿਲੀ ਪਰਖ ਦੇ ਵਿੱਚੋਂ ਕਾਮਯਾਬ ਹੋ ਕੇ ਨਿਕਲੇ ਆ ਇਹ ਜਿਹੜਾ ਉਤਸ਼ਾਹ ਤੇ ਜਿਹੜਾ ਸਦਕ ਹੈ ਇਹਨੂੰ ਬਰਕਰਾਰ ਰੱਖਣਾ ਚਾਹੀਦਾ ਤੇ ਜੋਸ਼ ਦੇ ਨਾਲ ਸੰਜਮ ਤੇ ਜਾਗਤਾ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆਪਾਂ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਅੰਦੋਲਨ ਦੇਖੇ ਹਰਿਆਣੇ ਦੇ ਵਿੱਚ ਜਾਗਤ ਅੰਦੋਲਨ ਹੋਇਆ ਸੀ ਉਹਦਾ ਵੇਗ ਇੰਨਾ ਜ਼ਿਆਦਾ ਸੀਗਾ ਜੇ ਪਟੜੀ ਦੇ ਉੱਪਰ ਚੱਲ ਰਹੀ ਗੱਡੀ ਦੀ ਰਫ਼ਤਾਰ ਇੱਕ ਹੱਦ ਤੋਂ ਜ਼ਿਆਦਾ ਹੋ ਜਾਏ ਤਾਂ ਆਪੇ ਹੀ ਪਟੜੀ ਤੋਂ ਲੈ ਜਾਂਦੀ ਹੁੰਦੀ ਹੈ। ਸੋ ਲੀਹੋ ਨਾ ਲੱਥੇ ਇਸ ਕਰਕੇ ਜਿਸ ਤਰ੍ਹਾਂ ਅੱਜ ਆਪਾਂ ਦੇਖ ਰਹੇ ਹਾਂ ਕਿ ਇੱਥੇ ਇੱਕਾ ਛੋਟਾ ਜਿਹਾ ਰੱਸੀ ਲਾਈ ਹੋਈ ਹੈ। ਕਿਸੇ ਨੇ ਅੱਗੇ ਜਾਣਾ ਹੋਵੇ ਕਿਸੇ ਨੂੰ ਰੋਕ ਨਹੀਂ ਹੈਗੀ ਪਰ ਕੋਈ ਨਹੀਂ ਜਾ ਰਿਹਾ। ਇਹਦਾ ਮਤਲਬ ਇਹ ਹੈ ਕਿ ਲੋਕ ਜਾਗਤ ਦੇ ਵਿੱਚ ਨੇ ਲੀਡਰਸ਼ਿਪ ਦੀ ਅੱਜ ਮੀਟਿੰਗ ਹੈਗੀ ਆ ਸਾਰਿਆਂ ਨੂੰ ਆਸ ਰੱਖਣੀ ਚਾਹੀਦੀ ਆ। ਇੱਕ ਗੱਲ ਇਹ ਵੀ ਹੈਗੀ ਆ ਕਿ ਸੈਂਟਰ ਤੇ ਪੰਜਾਬ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਕਿਸਾਨੀ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਟਰਸਟ ਡੈਫਿਸਿਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਇਹ ਲੱਗਦਾ ਕਿ ਕੇਂਦਰ ਨੇ ਇਹ ਗੱਲਾਂ ਜਿਹੜੀਆਂ ਨੇ ਮੰਨਣੀਆਂ ਨਹੀਂ ਹੈ ਇਹ ਵਾਅਦੇ ਕਰਕੇ ਮੁੱਕਰ ਜਾਂਦੇ ਆ ਉਹ ਟਰਸਟ ਡੈਫਿਸਿਟ ਤਾਂ ਦੂ ਹੋ ਸਕਦਾ ਹੈ ਕਿ ਜਿਹੜੀਆਂ ਬਿਲਕੁਲ ਹੀ ਜਾਇਜ਼ ਗੱਲਾਂ ਮੰਨਣ ਯੋਗ ਹੈਗੀਆਂ ਸਾਰੀਆਂ ਹੀ ਮੰਨਣ ਯੋਗ ਦੇ ਪਰ ਜਿਹੜੀਆਂ ਗੱਲਾਂ ਬਿਲਕੁਲ ਹੀ ਜਾਇਜ਼ ਨਹੀਂ ਜਿਹੜੇ ਸਰਕਾਰ ਨੇ ਆਪ ਵਾਅਦੇ ਕੀਤੇ ਸੀਗੇ ਕਿ ਇਹ ਸੋ ਵਾਪਸ ਲੈਣ ਦੇ ਪਿਛਲੇ ਅੰਦੋਲਨ ਵਾਲੇ ਜਾਂ ਕੋਈ ਜ਼ਖਮੀਆਂ ਨੂੰ ਮੁਆਵਜ਼ਾ ਦੇਣ ਵਾਲੇ ਜਾਂ ਪਰਿਵਾਰਾਂ ਦੀ ਮਦਦ ਕਰਨ ਵਾਲੇ ਉਹ ਆਪਣੇ ਤੌਰ ਦੇ ਉੱਪਰ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਤਾਂ ਕਿ ਲੋਕਾਂ ਨੂੰ ਇਹ ਭਰੋਸਾ ਆ ਸਕੇਗੇ ਕਿ ਇਹ ਗੱਲਬਾਤ ਦੇ ਕਾਬਿਲ ਹੈਗੇ ਆ ਨਹੀਂ ਤਾਂ ਜੇ ਬਾਰ-ਬਾਰ ਮੀਟਿੰਗਾਂ ਹੋਣ ਬੇਸਿੱਟਾ ਮੀਟਿੰਗਾਂ ਨਿਕਲਦੀਆਂ ਨੇ ਉਹ ਜ਼ਾਹਰ ਜੀ ਗੱਲ ਹੈ ਕਿ ਉਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਬੇਚੈਨੀ ਹੈ ਉਹ ਵਧੂਗੀ ਸੋ ਤੁਹਾਨੂੰ ਲੱਗਦਾ ਹੈ ਕਿ ਅੱਜ ਵਾਲੀ ਮੀਟਿੰਗ ਦੇ ਵਿੱਚ ਜਿਹੜੇ ਜਿਵੇਂ ਪਿਛਲੇ ਦਿਨੀ ਲੈ ਕੇ ਗਏ ਸੀਗੇ ਸਰਕਾਰ ਨੇ ਸਰਕਾਰ ਦੇ ਸਾਹਮਣੇ ਰੱਖਿਆ ਸੀਗਾ ਕਿ ਆ ਚੀਜ਼ਾਂ ਜਿਹੜੀਆਂ ਕਿਸਾਨਾਂ ਨੇ ਮਾਰੀਆਂ ਗਈਆਂ ਨੇ ਚਾਹੇ ਉਹਦੇ ਵਿੱਚ ਅਤੂ ਗੈਸ ਦੇ ਗੋਲੇ ਹੋਣ ਚਾਹੇ ਗੋਲੀਆਂ ਹੋਣ ਇਥੋਂ ਤੱਕ ਕਿ ਪੁੱਜਕ ਅਸਲੀ ਜਿਹੜੀਆਂ ਬੰਦੋਪੋ ਉਹਨਾਂ ਨੇ ਗੋਲੀਆਂ ਵੀ ਮਿਲੀਆਂ ਨੇ ਕੀ ਸਰਕਾਰ ਇਹਦਾ ਕੋਈ ਜਵਾਬ ਦੇ ਪਾਉਗੀ ਕਿ ਆਪਣੇ ਲੋਕਾਂ ਦੇ ਉੱਪਰ ਸਰਕਾਰ ਇਸ ਤਰੀਕੇ ਦੇ ਨਾਲ ਅਸਲੀ ਗੋਲੀਆਂ ਦੇ ਵਰਤੋਂ ਕਰ ਸਕੂ ਦੇਖੋ ਇੱਕ ਨੈਤਿਕ ਦਬਾਅ ਤੇ ਪ੍ਰੈਸ਼ਰ ਬਣਾਉਣ ਦੇ ਵਾਸਤੇ ਇਹ ਗੱਲਾਂ ਹੁੰਦੀਆਂ ਕਿਉਂਕਿ ਕੋਈ ਵੀ ਸੰਘਰਸ਼ ਕਰਦੇ ਹੋ ਤਾਂ ਉਹਦੇ ਵਿੱਚੋਂ ਕਈ ਉਹਦੇ ਬਾਈ-ਪ੍ਰੋਡਕਟ ਮਸਲੇ ਨਿਕਲ ਆਉਂਦੇ ਆ। ਸੋ ਜਦੋਂ ਵੀ ਗੱਲਬਾਤ ਹੁੰਦੀ ਹੈ ਲੀਡਰਸ਼ਿਪ ਦੀ ਖਾਸ ਗੱਲ ਇਹ ਹੀ ਹੁੰਦੀ ਹੈ ਕਿ ਉਹ ਪ੍ਰੈਸ਼ਰ ਬਣਾਉਣ ਦੇ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਰੱਖ ਦਿੰਦੇ ਆ। ਪਰ ਉਹਨਾਂ ਗੱਲਾਂ ਦੇ ਬਣੇ ਹੋਏ ਦਬਾਅ ਨੂੰ ਇਸਤੇਮਾਲ ਕਰਦੇ ਨੇ ਮੂਲ ਮੁੱਦੇ ਦੇ ਉੱਪਰ ਗੱਲ ਕਰਨ ਦੇ ਲਈ। ਜੀ। ਸੋ ਗੱਲਬਾਤ ਦੀ ਕਾਮਯਾਬੀ ਉਦੋਂ ਮੰਨੀ ਜਾਊਗੀ ਜੇਕਰ ਸਰਕਾਰ ਵੱਲੋਂ ਕੋਈ ਨਾ ਕੋਈ ਪ੍ਰਪੋਜ਼ਲ ਆਉਂਦਾ ਆ ਕਿ ਜਿਹੜੀਆਂ ਦੋ ਪ੍ਰਮੁੱਖ ਮੰਗਾਂ ਨੇ ਇੱਕ ਕਰਜ਼ਾ ਮਾਫੀ ਦੀ ਤੇ ਦੂਸਰੀ ਐਮਐਸਪੀ ਦੀ। ਕੀ ਸਰਕਾਰ ਉਹਦੇ ਵੱਲੋਂ ਉੱਪਰ ਕੋਈ ਪ੍ਰਪੋਜ਼ਲ ਲੈ ਕੇ ਆਉਂਦੀ ਹੈ ਜੇ ਉਹ ਪ੍ਰਪੋਜ਼ਲ ਲੈ ਕੇ ਆਉਂਦੀ ਹੈ ਮੇਰੇ ਖਿਆਲ ਦੇ ਵਿੱਚ ਇੱਕ ਬ੍ਰੇਕਥਰੂ ਹੋਊਗਾ ਕਿਉਂਕਿ ਪ੍ਰਪੋਜ਼ਲ ਦੇ ਉੱਪਰ ਫਿਰ ਅੱਗੇ ਕਾਊਂਟਰ ਤਜਵੀਜ਼ ਜਿਹੜੀ ਆ ਉਹ ਆ ਸਕਦੀ ਆ ਸੋ ਗੱਲਬਾਤ ਦੇ ਤਾਂ ਇਹੀ ਤਰੀਕਾਕਾਰ ਹੁੰਦੇ ਆ ਜਿਹੜੀਆਂ ਬਾਕੀ ਗੱਲਾਂ ਹੈਗੀਆਂ ਪ੍ਰੈਸ਼ਰ ਰੋਕਣ ਦੀਆਂ ਜਾਂ ਹੋਰ ਬਣਾਉਣ ਦੀਆਂ ਜਾਂ ਗੋਲੀਆਂ ਜਾਂ ਇਸ ਤਰ੍ਹਾਂ ਦੇ ਸਾਰੇ ਦਾ ਉਹ ਇੱਕ ਨੈਤਿਕ ਦਬਾਅ ਬਣਾਉਣ ਆਉਣ ਵਾਸਤੇ ਸੀਗਾ ਉਹ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਜਾਂ ਅੱਜ ਤੋਂ ਬਾਅਦ ਕਿਸ ਤਰ੍ਹਾਂ ਅੱਗੇ ਚੱਲਦਾ ਆ ਮੇਰੇ ਮੁਤਾਬਕ ਤਾਂ ਇਹ ਹੈਗਾ ਕਿ ਇੱਕ ਪ੍ਰਪੋਜ਼ਲ ਜਿੰਨੀ ਦੇਰ ਤੱਕ ਨਹੀਂ ਆਉਂਦਾ ਉਨੀ ਦੇਰ ਤੱਕ ਸੈਂਟਰ ਦੀ ਮਨਸ਼ਾ ਜਿਹੜੀ ਆ ਉਹ ਬਹੁਤੇ ਭਰੋਸੇ ਦੇ ਨਾਲ ਨਹੀਂ ਦੇਖੀ ਜਾ ਸਕਦੀ ਵੈਸੇ ਇਹ ਲੀਡਰਸ਼ਿਪ ਦਾ ਸਿਆਣਾਪ ਵਾਲਾ ਫੈਸਲਾ ਹੈ ਕਿ ਜੋ ਗੱਲਬਾਤ ਦੇ ਲਈ ਕਹਿ ਰਹੇ ਆ ਤੇ ਆਪਾਂ ਗੱਲਬਾਤ ਦੇ ਵਿੱਚ ਜਾਵਾਂਗੇ ਅੱਛਾ ਗੱਜਾਬ ਇੱਕ ਹੋਰ ਬੜਾ ਵੱਡਾ ਮਸਲਾ ਅਗੋਂ ਦਿਨ ਹੀ ਹੋਇਆ ਮਾਣ ਰੱਖ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਸੀਗਾ ਸ਼੍ਰੀ ਗਜੂ ਹਸਨ ਨਾਦੇਦ ਤੱਕ ਦਾ ਜਿਹੜਾ ਮੋੜ ਸੀਗਾ ਉਹਦੇ ਵਿੱਚ 12 ਮੈਂਬਰ ਸਰਕਾਰ ਆਪਣੇ ਪਾ ਰਹੀ ਸੀ ਹਾਲਾਂਕਿ ਉਹ ਫੈਸਲਾ ਵਾਪਸ ਲੈ ਲਿਆ ਗਿਆ ਉਹ ਕੀ ਲੱਗਦਾ ਹੈ ਕਿ ਇਹੋ ਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਸਰਕਾਰ ਨੇ ਸ਼ਾਇਦ 2015 ਵਿੱਚ ਵੀ ਕੀਤੀਆਂ ਸੀ ਹੁਣ ਵੀ ਹੋ ਰਹੀਆਂ ਨੇ ਇਹ ਜਿਹੜੀ ਕੋਸ਼ਿਸ਼ ਸਰਕਾਰ ਨੇ ਕੀਤੀ ਹੈ ਸਿੱਖਿਆ ਦਾ ਇੱਕ ਟਕਟਾ ਹੈ ਪਤਾ ਮਾਨ ਵਾਲੇ ਸਮੇਂ ਦੇ ਵਿੱਚ ਵੀ ਉਹ ਇਹੋ ਜਿਹੀ ਕੋਸ਼ਿਸ਼ ਕਰ ਸਕਦੀ ਕਿਉਂਕਿ ਉਹਨਾਂ ਨੇ ਵਾਪਸ ਲਿਆ ਹੈ ਇਹ ਨਹੀਂ ਕਿ ਇਹ ਕੋ ਵਾਪਸ ਵਾਲੀ ਵੀ ਜਿਹੜੀ ਗੱਲ ਆ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਦੁਬਾਰਾ ਵਿਚਾਰਾਂਗੇ ਫਿਲਹਾਲ ਰੋਕ ਰਹੇ ਹਾਂ ਦੂਜਾ ਇਹ ਹੈਗਾ ਕਿ ਜੋ ਹੁਣ ਦੀ ਸਥਿਤੀ ਹੈਗੀ ਆ ਉਹ ਬਿਲਕੁਲ ਸਪਸ਼ਟ ਆ ਕਿ ਸਰਕਾਰ ਹਰ ਤਰ੍ਹਾਂ ਦੇ ਸਿੱਖਾਂ ਦੇ ਜਿਹੜੇ ਅਦਾਰੇ ਨੇ ਇੰਸਟੀਚੂਨਸ ਨੇ ਜਾਂ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਹੋਈਆਂ ਸੰਸਥਾਵਾਂ ਨੇ ਉਹਨਾਂ ਦੇ ਉੱਪਰ ਉਹ ਸਿੱਧੇ ਕਾਬਜ਼ ਹੋ ਰਹੇ ਆ ਤਖਤ ਹਯੂਰ ਸਾਹਿਬ ਦਾ ਮਸਲਾ ਨਹੀਂ ਹੈ ਪਟਨਾ ਸਾਹਿਬ ਦਾ ਤਖਤ ਪਟਨਾ ਸਾਹਿਬ ਦਾ ਮਸਲਾ ਲੈ ਲਓ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਲਓ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਲਓ ਸੋ ਉਹ ਇੱਕ ਇੱਕ ਕਰਕੇ ਸਾਰੇ ਅਦਾਰਿਆਂ ਦੇ ਉੱਪਰ ਕਾਬਜ਼ ਹੁੰਦੇ ਜਾ ਰਹੇ ਆ ਸਿੱਖਾਂ ਦੇ ਮਾਮਲੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਾਡੀ ਵੱਡੀ ਸਮੱਸਿਆ ਇਹ ਹੈਗੀ ਆ ਕਿ ਅਸੀਂ ਫੈਸਲਾ ਲੈਣ ਦਾ ਅਧਿਕਾਰ ਜਿਹੜਾ ਆ ਉਹ ਸਰਕਾਰ ਨੂੰ ਸੌਂਪਿਆ ਹੋਇਆ ਹੈ ਜੀ ਸੋ ਜਿੰਨੇ ਚਿਰ ਤੱਕ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਣ ਦਾ ਅਧਿਕਾਰ ਆ ਕਦੀ ਉਹ ਸਾਡੀ ਗੱਲ ਮੰਨ ਕੇ ਸਹੀ ਫੈਸਲਾ ਲੈ ਸਕਦੇ ਆ ਕਦੀ ਇਹ ਵੀ ਹੋ ਸਕਦਾ ਹੈ ਕਿ ਸਾਡੀ ਗੱਲ ਮੰਨੇ ਬਿਨਾ ਜੇ ਸਾਡੇ ਵਿਰੋਧ ਕਰਨ ਦੇ ਬਾਵਜੂਦ ਉਹ ਗਲਤ ਫੈਸਲਾ ਲੈ ਲੈਣ। ਸੋ ਸਿੱਖਾਂ ਨੂੰ ਜ਼ਰੂਰੀ ਇਹ ਹੈਗਾ ਕਿ ਜੋ ਸਾਡਾ ਬੁਨਿਆਦੀ ਆਪ ਦਾ ਤਰੀਕਾਕਾਰ ਸੀਗਾ ਉਹਨੂੰ ਬਹਾਲ ਕੀਤਾ ਜਾਵੇ। ਉਸ ਤੋਂ ਬਿਨਾ ਇਹਦਾ ਪੱਕਾ ਹੱਲ ਜਿਹੜਾ ਆ ਉਹ ਕੋਈ ਨਹੀਂ ਹੈਗਾ ਤੇ ਕੋਦੇ ਵਾਸਤੇ ਦੋ ਚੀਜ਼ਾਂ ਤੈਅ ਕਰਨੀਆਂ ਜਿਹੜੀਆਂ ਨੇ ਉਹ ਮਤਲਬ ਸਿੱਖ ਲੀਡਰਸ਼ਿਪ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਸਾਡਾ ਫੈਸਲਾ ਲੈਣ ਦਾ ਜਿਹੜਾ ਤਰੀਕਾ ਆ ਉਹ ਸਾਨੂੰ ਨਿਸ਼ਚਿਤ ਕਰਨਾ ਪੈਣਾ ਸਿੱਖਾਂ ਦੇ ਵਿੱਚ ਸਾਂਝੇ ਡਿਸੀਜਨ ਦਾ ਕਲੈਕਟਿਵ ਡਿਸੀਜਨ 메ਕਿੰਗ ਜਿਹਨੂੰ ਆਪਾਂ ਗੁਰਮਤਾ ਕਹਿੰਦੇ ਆ ਉਹ ਮਹਾਰਾਜੀ ਨੇ ਬਖਸ਼ਿਸ਼ ਕੀਤਾ ਸੀਗਾ ਪਿਛਲੇ ਸਮੇਂ ਦੇ ਦੌਰਾਨ ਸਾਡੀਆਂ ਸੰਸਥਾਵਾਂ ਦੇ ਵਿੱਚ ਗੁਰਮਤੇ ਦੇ ਨਾਲ ਫੈਸਲੇ ਨਹੀਂ ਹੋ ਰਹੇ ਇੱਕ ਤਾਂ ਗੁਰਮਤੇ ਦੀ ਬਹਾਲੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੂਜਾ ਸਿੱਖਾਂ ਦੇ ਵਿੱਚ ਸਦਾ ਕਲੈਕਟਿਵ ਲੀਡਰਸ਼ਿਪ ਰਹੀ ਹੈ ਕੋਈ ਇੱਕ ਸੁਪਰੀਮ ਲੀਡਰ ਵਾਲਾ ਜਿਹੜਾ ਨਹੀਂ ਹੈ ਈਵਨ ਮਤਲਬ ਗੁਰੂ ਹਾਂਜੀ ਗੁਰੂ ਮਹਾਰਾਜ ਨੇ ਪੰਚ ਪ੍ਰਧਾਨੀ ਜਿਹੜੀ ਆ ਉਹ ਬਖਸ਼ੀ ਹੈ ਜਿਹਦੇ ਵਿੱਚ ਸੰਗਤ ਦੇ ਵਿੱਚੋਂ ਮੌਕੇ ਦੇ ਉੱਪਰ ਪੰਜ ਜਿਹੜੀਆਂ ਯੋਗ ਸ਼ਕਸ਼ੀਤਾ ਨੇ ਉਹਨਾਂ ਦਾ ਉਹਨਾਂ ਨੂੰ ਨਿਯਤ ਕੀਤਾ ਜਾਂਦਾ ਹੈ ਉਹ ਉਸ ਗੱਲ ਦਾ ਫੈਸਲਾ ਲੈਣ ਦੇ ਵਾਸਤੇ ਹੁੰਦੇ ਆ ਔਰ ਜੁਆਇੰਟ ਲੀਡਰਸ਼ਿਪ ਜਿਹੜੀ ਆ ਉਹ ਹੁੰਦੀ ਆ ਸੋ ਇਹ ਜਿੰਨੇ ਚਿਰ ਤੱਕ ਆਪਾਂ ਨਹੀਂ ਬਹਾਲ ਕਰਦੇ ਉਨੀ ਦੇਰ ਤੱਕ ਇਦਾਂ ਦੀਆਂ ਚੁਣੌਤੀਆਂ ਜਿਹੜੀਆਂ ਨੇ ਵਧਣੀਆਂ ਨੇ ਹਾਲੀ ਉਹਨਾਂ ਨੇ ਇੱਕ ਵਾਰ ਕਦਮ ਵਧਾ ਕੇ ਰੋਕ ਲਿਆ ਆ ਇਹ ਕਦਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਗੇ ਜਾਣਾ ਹੀ ਹੈ ਕਿਉਂਕਿ ਸਟੇਟ ਸਿੱਖਿਆ ਦੇ ਇੰਸਟੀਚਿਊਸ਼ਨਸ ਨੂੰ ਨਹੀਂ ਛੱਡਣਾ ਚਾਹੁੰਦੀ ਜਿੰਨੇ ਵੀ ਸਾਊਥ ਏਸ਼ੀਆ ਦੇ ਇੰਡੀਆ ਦੇ ਤੇ ਇੰਟਰਨੈਸ਼ਨਲ ਹਾਲਾਤ ਜਿਹੜੇ ਆ ਉਹ ਅਸਥਿਰ ਹੋ ਰਹੇ ਆ ਅਸਥਿਰਤਾ ਦੇ ਵਿੱਚ ਉਹ ਬਿਲਕੁਲ ਇਹ ਨਹੀਂ ਚਾਹਦੇ ਕਿ ਸਿੱਖਾਂ ਦੀਆਂ ਸੰਸਥਾਵਾਂ ਜਾਂ ਇੰਸਟੀਚਿਊਸ਼ਨ ਇਹ ਇਹ ਹਾਲਾਤ ਦੇ ਵਿੱਚ ਹੋਣ ਕਿ ਉਹ ਕਿਸੇ ਖਾਸ ਮੌਕੇ ਦੇ ਉੱਪਰ ਸਿੱਖਾਂ ਨੂੰ ਅਗਵਾਈ ਦੇ ਸਕਣ। ਸੋ ਸਾਡਾ ਕਰਨ ਵਾਲਾ ਕੰਮ ਭਾਵੇਂ ਕਿ ਆਪਣੇ ਕਿਸਾਨੀ ਮਸਲੇ ਦੇ ਨਾਲ ਜੁੜਿਆ ਹੋਇਆ ਵਿਸ਼ਾ ਨਹੀਂ ਸੀਗਾ ਪਰ ਆਪਣੇ ਸਿੱਖਾਂ ਦੇ ਕਰਨ ਵਾਲਾ ਇਹ ਹੈ ਕਿ ਸਾਨੂੰ ਆਪਣੀ ਲੀਡਰਸ਼ਿਪ ਦਾ ਤਰੀਕਾਕਾਰ ਸਾਂਝੀ ਲੀਡਰਸ਼ਿਪ ਉਭਾਰਨ ਵਾਲਾ ਤੇ ਸਾਂਝੇ ਫੈਸਲਿਆਂ ਵਾਲਾ ਉਹ ਬਹਾਲ ਕਰਨਾ ਪੈਣਾ। ਇੱਕ ਹੋਰ ਜਿਹੜਾ ਹਰਿਆਣੇ ਦੇ ਵਿੱਚ ਸਾਹਮਣੇ ਆਇਆ ਕਿ ਹਰਿਆਣੇ ਦੇ ਵਿੱਚ ਪੁਲਿਸ ਕਰਮੀਆਂ ਨੂੰ ਰੋਕਿਆ ਗਿਆ ਉੱਥੇ ਉਹ ਨਸ਼ੀ ਦਾ ਸੇਵਨ ਕਰ ਰਹੇ ਨੇ ਕੋਈ ਵੀ ਜਿਹੜਾ ਆ ਉਹ ਬੰਦਾ ਆ ਕੇ ਉਸੇ ਰੋਕ ਸੰਦਾ ਜਿਸ ਨੂੰ ਜ਼ਰੂਰਤ ਹੈਗੀ ਆ ਤਾਂ ਕਿੱਥੇ ਹਰਿਆਣਾ ਟਿਮਟੀ ਦੇ ਉਹਨਾਂ ਜਿਹੜੀ ਇਹ ਪਰਮਿਸ਼ਨ ਦਿੱਤੀ ਗਈ ਸੀ ਕਿ ਹਰਿਆਣਾ ਕਮੇਟੀ ਦੇ ਜਿਹੜੇ ਫਰਵੰਦਨ ਹੋਣਗੇ ਮੈਨੇਜਰ ਸਾਹਿਬ ਹੋਣਗੇ ਕਿ ਉਹ ਉੱਥੇ ਸੁਰਦਾਰਾਂ ਦੇ ਵਿੱਚ ਦੇਖਦੇ ਨਹੀਂ ਕਿ ਉੱਥੇ ਕੀ ਹੋ ਰਿਹਾ ਹੈ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸਟੇਟ ਸਿੱਖਾ ਦੇ ਵੱਡੇ ਇੰਸਟੀਚਿਊਸ਼ਨ ਆਪਣੇ ਸਿੱਧੇ ਕੰਟਰੋਲ ਦੇ ਵਿੱਚ ਲੈ ਰਹੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਵਾਲੀ ਕਮੇਟੀ ਜਿਹੜੀ ਉਹ ਸਿੱਧੀਆਂ ਬੀਜੇਪੀ ਦੇ ਅੰਡਰ ਚੱਲ ਰਹੀਆਂ ਨੇ ਭਾਵੇਂ ਦੇਖਣ ਨੂੰ ਜਿਹੜੇ ਉਹਨਾਂ ਦੀ ਅਗਵਾਈ ਆ ਉਹ ਸਿੱਖਾਂ ਦੇ ਕੋਲ ਹੈਗੀ ਆ ਸੋ ਇਹਦਾ ਹੱਲ ਇੱਕੋ ਹੀ ਹੈਗਾ ਕਿ ਜਦੋਂ ਤੁਹਾਡੇ ਵੱਡੇ ਅਦਾਰੇ ਜਿਹੜੇ ਆ ਉਹਨਾਂ ਨੂੰ ਸਟੇਟ ਕੰਟਰੋਲ ਕਰ ਲਵੇ ਤੇ ਜੋ ਲੋਕਾਂ ਦੇ ਕੋਲ ਬਚਦਾ ਹੱਲ ਹੈ ਜੋ ਸਾਡੇ ਗੁਰੂ ਸਾਹਿਬਾਨ ਨੇ ਦਰਸਾਇਆ ਉਹ ਹੈਗਾ ਕਿ ਜਿਹੜੀ ਲੋਕਲ ਸੰਗਤ ਆ ਉਹ ਲਾਮਬੰਦ ਹੋਵੇ ਉਹ ਆਪਣੇ ਇਸ ਤਰ੍ਹਾਂ ਦੇ ਨਿਗਰਾਨੀ ਵਾਲੇ ਪਹਿਰੇਦਾਰੀ ਵਾਲੇ ਸੇਵਾ ਵਾਲੇ ਜੋ ਗੁਰੂ ਸਾਹਿਬ ਨੇ ਕਾਰਜ ਮਾਰਗ ਦੱਸਿਆ ਆ ਉਹਦੇ ਉੱਪਰ ਚੱਲਣ ਵਾਲੇ ਜਥੇ ਕਾਇਮ ਕਰੇ ਸੋ ਲੋਕਲ ਸੰਗਤ ਨੂੰ ਆਪਣੇ ਤੌਰ ਦੇ ਉੱਪਰ ਜਥੇਬੰਦ ਹੋਣਾ ਪੈਣਾ ਇਸ ਤਰ੍ਹਾਂ ਦੀ ਪਹਿਰੇਦਾਰੀ ਨਿਗਰਾਨੀ ਤੇ ਸੇਵਾ ਦੇ ਜਿਹੜੇ ਕਾਰਜ ਆ ਜੋ ਸਰਬੱਤ ਦੇ ਭਲੇ ਦਾ ਬਿਰਦਮਾਰ ਆਈ ਨੇ ਬਖਸ਼ਿਆ ਉਹਨੂੰ ਲਾਗੂ ਕਰਨ ਦੇ ਵੱਲ ਨੂੰ ਯਤਨ ਕਰਨਾ ਪੈਣਾ ਜਿਹੜੀਆਂ ਸਾਡੀਆਂ ਸਟੇਟ ਵੱਲੋਂ ਦਿੱਤੇ ਹੋਏ ਇੰਸਟੀਚਿਊਸ਼ਨ ਨੇ ਇਹ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਕਮੇਟੀਆਂ ਨੇ ਇਹਨਾਂ ਦਾ ਲਾਭ ਆ ਕੇ ਉਹੀ ਅਫਸਰशाही ਵਾਲਾ ਤਰੀਕਾਕਾਰ ਜਾਂ ਲਾ ਲਹਾਜ ਵਾਲਾ ਸਰਕਾਰਾਂ ਦੇ ਕਹੇ ਦੇ ਵਿੱਚ ਚੱਲਣ ਵਾਲਾ ਉਹ ਚੱਲ ਰਿਹਾ ਇੱਕ ਪਾਸੇ ਤਾਂ ਲੋਕਾਈ ਦੇ ਭਲੇ ਦੇ ਵਾਸਤੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਜਿਹੜੇ ਆ ਉੱਥੇ ਆ ਕੇ ਡਟੇ ਹੋਏ ਆ ਇਹਨਾਂ ਦੇ ਉੱਪਰ ਇੱਥੇ ਆ ਕੇ ਹਮਲਾਵਰ ਹੋ ਰਹੀਆਂ ਫੋਰਸਾਂ ਜਿਹੜੀਆਂ ਆ ਉਹਨਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਨਾਹ ਦਿੱਤੀ ਹੋਈ ਹੈ ਸਟੇਟ ਕੋਲ ਆਪਣੇ ਇੰਸਟੀਚਿਊਸ਼ਨ ਹੈਗੇ ਉਹ ਪ੍ਰਬੰਧ ਕਰ ਸਕਦੇ ਸੀਗੇ ਪਰ ਜੇ ਨਹੀਂ ਹੋ ਰਿਹਾ ਤਾਂ ਲੋਕਲ ਸੰਗਤ ਨੂੰ ਪੈਰੇਦਾਰੀ ਕਰਨੀ ਪੈਣੀ ਹੈ ਜਿਹੜੀ ਕਿ ਉੱਥੇ ਸੰਗਤ ਦੇ ਵੱਲੋਂ ਕੀਤੀ ਗਈ ਪਰ ਇਹ ਟੁੱਟਵੇਂ ਰੂਪ ਦੇ ਵਿੱਚ ਆ ਲੰਬੇ ਸਮੇਂ ਦਾ ਹਾਲ ਇਹਦਾ ਇਹੀ ਹੈਗਾ ਕਿ ਜਿਹੜੇ-ਜਿਹੜੇ ਵੀ ਇਲਾਕੇ ਦੇ ਵਿੱਚ ਆਪਾਂ ਹੈਗੇ ਆ ਆਪਾਂ ਨੂੰ ਜੋ ਗੁਰੂ ਮਹਾਰਾਜ ਨੇ ਦੱਸਿਆ ਉਹਦੇ ਮੁਤਾਬਕ ਜਥੇ ਬਣਾਉਣੇ ਚਾਹੀਦੇ ਤੇ ਸਿੱਖਾਂ ਦੇ ਜਥੇ ਦੇ ਵਿੱਚ ਕਦੀ ਵੀ ਅਉਧਿਆਂ ਵਾਲੀ ਲੀਡਰਸ਼ਿਪ ਨਹੀਂ ਰਹੀ ਜਿਹਦੇ ਵਿੱਚ ਪ੍ਰਧਾਨ ਸਿਕੱਤਰ ਜਾਂ ਹੋਮੇ ਨੂੰ ਪੱਠੇ ਪਾਉਣ ਵਾਲੀਆਂ ਅਹੁਦੇਦਾਰੀਆਂ ਹੋਣ ਉਹ ਕਦੀ ਨਹੀਂ ਰਹੀਆਂ ਸਿੱਖਾਂ ਦੇ ਜਥਿਆਂ ਦਾ ਇਹ ਪੱਕਾ ਹੀ ਪੈਟਰਨ ਰਿਹਾ ਕਿ ਇੱਕ ਬੰਦਾ ਤਾਲਮੇਲ ਕਰਨ ਦੇ ਲਈ ਜਿਹੜੀ ਯੋਗ ਸਖਸ਼ੀਅਤ ਆ ਉਹ ਜਥੇਦਾਰ ਦੀ ਭੂਮਿਕਾ ਨਿਭਾਉਂਦੀ ਆ ਪਰ ਉਹਦੇ ਹੱਕ ਬਾਕੀ ਜਥੇ ਦੇ ਨਾਲੋਂ ਕੋਈ ਜ਼ਿਆਦਾ ਨਹੀਂ ਹੈਗੇ ਉਹ ਸਾਰਿਆਂ ਦੀ ਨੁਮਾਇੰਦਗੀ ਦੇ ਲਈ ਤਾਲਮੇਲ ਦੇ ਲਈ ਆ ਫੈਸਲੇ ਜਿਹੜੇ ਆ ਉਹ ਜੁਆਇੰਟ ਲੀਡਰਸ਼ਿਪ ਪੰਜਾਂ ਦੇ ਰਾਹੀਂ ਗੁਰਮਤਿ ਦੇ ਰੂਪ ਦੇ ਵਿੱਚ ਸਾਂਝੇ ਲਏ ਜਾਂਦੇ ਆ ਇਹ ਤਰੀਕਾਕਾਰ ਸਾਨੂੰ ਅਪਣਾਉਣਾ ਪੈਣਾ ਕਿਉਂਕਿ ਸਟੇਟ ਦੇ ਜਿੰਨੇ ਵੱਡੇ ਤਰੀਕੇ ਦੇ ਨਾਲ ਉਹ ਸਿੱਖਾਂ ਦੇ ਆਧਾਰਿਆਂ ਦੇ ਉੱਪਰ ਹਮਲਾਵਰ ਹੋ ਰਹੀ ਆ ਉਹਦੇ ਨਾਲ ਉਹਨਾਂ ਦੇ ਤਰੀਕਿਆਂ ਨੂੰ ਲੜ ਕੇ ਨਹੀਂ ਕਾਮਯਾਬ ਹੋਇਆ ਜਾ ਸਕਦਾ ਜੇ ਆਪਾਂ ਗ੍ਰੀ ਗੁਰੂਕਾਲ ਨੂੰ ਦੇਖੀਏ ਤਾਂ ਗੁਰੂ ਸਾਹਿਬ ਨੇ ਉਸ ਸਮੇਂ ਚੱਲ ਰਹੇ ਪ੍ਰਬੰਧ ਦੇ ਮੁਕਾਬਲੇ ਦੇ ਵਿੱਚ ਆਪਦੇ ਪ੍ਰਬੰਧ ਦਿੱਤੇ ਚਾਹੇ ਉਹ ਲੰਗਰ ਹੈ ਪੰਗਤ ਹੈ ਗੁਰਮੁਖੀ ਹੈ ਆਪਦੀਆਂ ਪਾਠਸ਼ਾਲਾਵਾਂ ਨੇ ਧਰਮਸ਼ਾਲਾ ਬੜੀ ਵੱਡੀ ਜਿੰਨੂੰ ਆਪਾਂ ਜਿਹੜੀ ਅੱਜ ਗੁਰਦੁਆਰੇ ਦੇ ਰੂਪ ਦੇ ਵਿੱਚ ਵਿਕਸਿਤ ਹੋਈ ਹੈ ਸੋ ਕਿਸੇ ਤਰ੍ਹਾਂ ਇਹ ਗੁਰੂ ਪਾਤਸ਼ਾਹ ਨੇ ਫੌਜ ਰੱਖੀ ਤਖਤ ਬਣਾਏ ਸੋ ਉਹ ਸਾਰਾ ਉਹਨਾਂ ਨੇ ਇੱਕ ਸਿਸਟਮ ਜਿਹੜਾ ਸੀਗਾ ਉਹ ਸਿਰਜਿਆ ਇਹੀ ਸਾਡੇ ਵਾਸਤੇ ਸਭ ਤੋਂ ਵੱਡੀ ਗੱਲ ਹੈਗੀ ਕਿ ਆਪਾਂ ਆਪਣਾ ਜਿਹੜਾ ਆਪਣਾ ਮੂਲ ਹੈ ਉਹਦੇ ਵੱਲ ਨੂੰ ਮੁੜੀਏ। ਸਤਨਨ ਕਾਨਾ ਨੀ ਦੀ ਇੱਕ ਵੱਡੀ ਐਗਜ਼ਾਮਪਲ ਹੈ ਵੀ ਜਦੋਂ ਉੱਥੇ ਬਹੁਤ ਵੱਡੀਆਂ ਪ੍ਰੀਤੀਆਂ ਜਰੂਰ ਹੋ ਗਿਆ ਨਾ ਫਿਰ ਸੰਤ ਆਪਣੇ ਆਪ ਮੁਹਾਰੇ ਜਿਹੜਾ ਸੀਗਾ ਉਹ ਪਰ ਇਹ ਸਾਰੇ ਕਾਸੇ ਦੇ ਵਿੱਚ ਇੱਕ ਗੱਲ ਆਪਾਂ ਮਿਸਾਲ ਜਿਹੜੀ ਹੈ ਉਹ ਗੁਰਦੁਆਰਾ ਸੁਧਾਰ ਲਹਿਰ ਦੀ ਦੇ ਦਿੰਨੇ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿੰਨਾ ਉਸ ਸਮੇਂ ਸੰਘਰਸ਼ ਚੱਲਿਆ ਜਿੰਨਾ ਬੰਦਿਆਂ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਮਹੰਤਾਂ ਦੇ ਕੋਲੋਂ ਛਡਵਾਇਆ ਖਾਲਸਾ ਜੀ ਨੇ ਆਪਣੇ ਹੱਥ ਚ ਲਿਆ ਉਹਨਾਂ ਦੇ ਵਿੱਚ ਨਿਸ਼ਕਾਮਤਾ ਸੀਗੀ ਸੋ ਅੱਜ ਦੇ ਸਮੇਂ ਜਿਹੜਾ ਵੀ ਕੋਈ ਯਤਨ ਹੁੰਦਾ ਆ ਜੇ ਤਾਂ ਉਹ ਮਤਲਬ ਆਪ ਦੀ ਹੋਮੇ ਦੇ ਵਾਸਤੇ ਹੋ ਰਿਹਾ ਉਹਦੇ ਵਿੱਚ ਬਰਕਤ ਨਹੀਂ ਪੈਣੀ ਨਿਸ਼ਕਾਮਤਾ ਦਾ ਤਤ ਜਿਹੜਾ ਆ ਉਹ ਧੁਰੇ ਦੇ ਵਿੱਚ ਰਹੂਗਾ ਤੇ ਗੁਰੂ ਮਹਾਰਾਜ ਆਪ ਬਰਕਤ ਵਰਸਾਉਣਗੇ ਜੇ ਆਪਾਂ ਕਿਸਾਨੀ ਦੀ ਹੀ ਗੱਲ ਕਰੀਏ ਤੇ ਜਿੰਨੇ ਨਿਸ਼ਕਾਮ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨਾਂ ਨੇ ਲੜਾਈ ਲੜੀ 2014 ਤੋਂ ਬਾਅਦ ਤਿੰਨ ਖੇਤੀ ਕਾਨੂੰਨਾਂ ਤੋਂ ਇਲਾਵਾ ਕੋਈ ਵੀ ਫੈਸਲਾ ਦੱਸੋ ਜਿਹੜਾ ਮੋਦੀ ਸ਼ਾਹ ਸਰਕਾਰ ਨੇ ਵਾਪਸ ਲਿਆਓ ਕੋਈ ਵਾਪਸ ਨਹੀਂ ਲਿਆ ਕਿਸੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਦਬਾਅ ਬਣ ਗਿਆ ਹੋਵੇ ਉਹ ਉੱਥੇ ਹੀ ਰੁਕ ਗਿਆ ਜਿੱਥੇ ਸੀਗੇ ਜਿੱਦਾਂ ਕਿ CAA NRC ਦਾ ਮਸਲਾ ਸੀਗਾ ਉਹਦੇ ਵਿੱਚ ਉਹਨਾਂ ਨੇ ਅਗਲਾ ਕਦਮ ਨਹੀਂ ਪੁੱਟਿਆ ਪਰ ਪੈਰ ਪਿੱਛੇ ਨਹੀਂ ਹਟਾਇਆ ਪੈਰ ਪਿੱਛੇ ਸਿਰਫ ਇੱਕ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਹਟਾਇਆ ਕਿਉਂਕਿ ਸਮੁੱਚਾ ਪੰਜਾਬ ਹਰਿਆਣਾ ਤੇ ਬਾਕੀ ਜਿਹੜੇ ਲੋਕ ਸੀਗੇ ਨਾਲ ਦੇ ਯੂਪੀ ਦੇ ਉਹ ਰਲ ਕੇ ਇੱਕ ਨਿਸ਼ਕਾਮਤਾ ਦੇ ਮਾਹੌਲ ਦੇ ਵਿੱਚ ਆਮ ਲੋਕ ਉੱਥੇ ਜਾ ਕੇ ਖੜ ਗਏ ਸੀ ਲੀਡਰਸ਼ਿਪ ਦੇ ਆਪਸ ਦੇ ਵਿੱਚ ਰੌਲੇ ਹੋਣ ਦੇ ਬਾਵਜੂਦ ਕਿੰਨਾ ਕੁਝ ਹੋਣ ਦੇ ਬਾਵਜੂਦ ਆਪਸੀ ਹੁਣ ਬਾਅਦ ਦੇ ਵਿੱਚ ਕਿੰਨੀਆਂ ਗੱਲਾਂ ਆਈਆਂ ਮੈਂ ਦਰਉਣੀਆਂ ਨਹੀਂ ਚਾਹੁੰਦਾ ਜਿਹੜੀਆਂ ਨਕਾਰਾਤਮਕ ਗੱਲਾਂ ਨੇ ਇਹ ਸਾਰੀਆਂ ਗੱਲਾਂ ਉਦੋਂ ਚੱਲਦੇ ਮੋਰਚੇ ਦੇ ਵਿੱਚ ਵੀ ਪਤਾ ਸੀਗੀਆਂ ਪਰ ਉਹਦੇ ਬਾਵਜੂਦ ਜੇ ਉਹਨੂੰ ਕਾਮਯਾਬੀ ਮਿਲੀ ਤਾਂ ਉਸ ਕਰਕੇ ਮਿਲੀ ਕਿਉਂਕਿ ਪੰਜਾਬ ਦੇ ਲੋਕ ਤੇ ਬਾਕੀ ਸਾਰੇ ਇਹ ਜਿਹੜੇ ਲੋਕ ਸੀਗੇ ਕਿਰਤੀ ਲੋਕ ਸੀਗੇ ਉਹ ਨਿਸ਼ਕਾਮ ਭਾਵਨਾ ਦੇ ਨਾਲ ਗਏ ਸੀ ਸਰਬੱਤ ਦੇ ਭਲੇ ਦੇ ਵਾਸਤੇ ਉਹ ਕਾਨੂੰਨ ਵਾਪਸ ਕਰਵਾਉਣ ਦੇ ਲਈ ਗਏ ਸੀਗੇ ਉਹ ਵਾਪਸ ਹੋਏ ਸੋ ਇਸ ਸੰਘਰਸ਼ ਦੇ ਵਿੱਚ ਵੀ ਸਿੱਖਾਂ ਦੇ ਮਾਮਲੇ ਜਿੰਨੇ ਆਪਾਂ ਵੱਖਰੇ ਵਿਚਾਰ ਰਹੇ ਉਹਨਾਂ ਦੇ ਵਿੱਚ ਵੀ ਇਹ ਗੱਲ ਜ਼ਰੂਰੀ ਹੈਗੀ ਹੈ ਕਿ ਨਿਸ਼ਕਾਮ ਭਾਵਨਾ ਦੇ ਨਾਲ ਸਮਰਪਣ ਦੀ ਭਾਵਨਾ ਦੇ ਨਾਲ ਚੱਲਿਆ ਜਾਵੇ ਤੇ ਟੇਕ ਜਿਹੜੀ ਆ ਇਨਸਾਨ ਦੇ ਹੱਥ ਦੇ ਵਿੱਚ ਉਦਮ ਕਰਨਾ ਹੈਗਾ ਕਾਮਯਾਬੀ ਮਹਾਰਾਜ ਦੇ ਹੱਥ ਦੇ ਵਿੱਚ ਹੈ ਉਹ ਕਦੀ ਕਿਸੇ ਦੀ ਕੀਤੀ ਹੋਈ ਮਿਹਨਤ ਨੂੰ ਨਹੀਂ ਰੱਖਦਾ ਉਹਨੂੰ ਬੂਰ ਜ਼ਰੂਰ ਪਾਊਗਾ ਇੰ ਬੈਲਬਾਤ ਮਿਹਰਬਾਨੀ ਵਾਇਗੁਰ ਜੀ ਕਾ ਖਾਲਸਾ